ਸਾਡਾ ਜੀ ਫਸਲ ਦਾ ਨੁਕਸਾਨ ਹੁੰਦਾ ਸਾਰਾ ਜੀ ਨਾ ਡੰਗਰਾਂ ਦਾ ਚਾਰਾ ਰਹਿੰਦਾ ਕੋਈ ਉਦੋਂ ਡੰਗਰਾਂ ਦਾ ਚਾਰਾ ਵੀ ਸਾਰਾ ਖਤਮ ਹੋ ਜਾਂਦਾ ਅਤੇ ਫਸਲ ਵੀ ਸਾਰੀ ਜਿਹੜੀ ਉਹ ਮਰੀ ਜਾਂਦੀ ਹੈ ਇਹ ਢਾਈ ਤਿੰਨ ਮਹੀਨੇ ਦੇ ਨੇੜ ਗੇੜ ਪਾਣੀ ਜਿਹੜਾ ਵਗਦਾ ਵਾ ਏ ਉਦੋਂ ਬਾਅਦ ਆ ਡੰਗਰਾਂ ਦਾ ਚਾਰਾ ਵੀ ਜਿਹੜਾ ਲੋਕਾਂ ਨੇ ਬੜੀ ਸੇਵਾ ਕੀਤੀ ਆ ਚਾਰ ਵੀ ਦੇ ਕੇ ਜਾਂਦਾ ਰਿਹਾ ਕੋਈ ਤੂੜੀ ਵੀ ਦੇ ਕੇ ਜਾਂਦਾ ਰਿਹਾ ਵਾ ਕੋਈ ਬੰਦਿਆਂ ਦੇ ਖਾਣ ਵਾਲਾ ਰਾਸ਼ਨ ਪਾਣੀ ਵੀ ਉਹ ਵੀ ਦੇ ਕੇ ਜਾਂਦੇ ਰਹੇ ਆ ਬਹੁਤ ਸੇਵਾ ਕੀਤੀ ਇਹ ਵੀ ਆਖੀ ਵੀ ਸੇਵਾ ਨਹੀਂ ਕੀਤੀ ਕਿਸੇ ਨੇ ਸੇਵਾ ਬਹੁਤ ਜ਼ਿਆਦਾ ਕੀਤੀ ਆ ਜੇ ਹੁਣ ਅਸੀਂ ਖਾਲ ਸਾਈਡ ਵਾਲੇ ਵਿਹਨੇ ਹਾਂ ਜੇ ਸਾਡੀਆਂ ਜ਼ਮੀਨਾਂ ਵਾ ਉਹ ਵੀ ਖਾਲ ਸਾਈਡ ਨੇ ਬਣਾਈਆਂ ਵਾ ਹੋਰ ਕਿਸੇ ਆਣ ਕੇ ਸਾਡੀ ਸਹਾਇਤਾ ਨਹੀਂ ਕੀਤੀ ਜੇ 2019 ਦੇ ਵਿੱਚ ਵੀ ਪਾਣੀ ਆਇਆ ਉਦੋਂ ਵੀ ਖਾਲ ਸਾਈਡ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਸਾਡਾ ਘਰ ਬੂਹਾ ਵੀ ਜਿਹੜਾ ਉਹ ਵੀ ਖਾਲ ਸਾਈਡ ਨੇ ਬਣਾ ਕੇ ਦਿੱਤਾ ਹੈ ਅਤੇ ਜੇ ਹੁਣ ਵੀ ਅਸੀਂ ਲਗਾਤਾਰ ਵਿਹਨੇ ਹਾਂ ਦੋਵਾਂ ਮਹੀਨਿਆਂ ਤੋਂ ਬਹੁਤ ਜ਼ਿਆਦਾ ਇਹਨਾਂ ਨੇ ਸੇਵਾ ਕੀਤੀ ਆ ਵੀ ਜੇ ਨਾ ਆਉਂਦੇ ਸਾਡੀਆਂ ਜ਼ਮੀਨਾਂ ਬਣਨੀਆਂ ਵੀ ਨਹੀਂ ਹੈਗੀਆਂ ਸਾਡੀ ਖਾਲ ਸਾਈਡ ਨੇ ਮੰਗਦ ਇਹ ਕੀਤੀ ਆ ਵੀ ਤੇਲ ਸਾਨੂੰ ਉਹਨਾਂ ਨੇ ਦਿੱਤਾ ਵਾ ਵੀ ਟਰੈਕਟਰ ਅਸੀਂ ਆਪਦੇ ਮੰਗ ਤੰਗ ਕੇ ਰਿਸ਼ਤੇਦਾਰਾਂ ਦੇ ਕਿਤੋਂ ਲਿਆਣ ਕੇ ਅਸੀਂ ਲਾਏ ਆ ਸਾਨੂੰ ਤੇਲ ਦਿੱਤੀ ਗਏ ਸਾਡੇ ਜੋ ਪਹਿਲਾਂ ਵੀ ਗੱਲ ਭਾਈ ਦਵਿੰਦਰ ਨੇ ਇਹੋ ਗੱਲ ਕੀਤੀ ਵੀ ਟਰੈਕਟਰ ਤੁਹਾਡੇ ਹੋਣਗੇ ਤੇਲ ਸਾਡਾ ਹੋਊਗਾ ਉਹ ਅਸੀਂ ਉਹ ਕੰਮ ਜਿਹੜਾ ਭਾਈ ਦਵਿੰਦਰ ਸਾਨੂੰ ਆ ਕੇ ਗਿਆ ਟਰੈਕਟਰ ਅਸੀਂ ਲਿਆਂਦੇ ਤੇਲ ਇਹ ਦਿੱਤੀ ਗਏ ਆ ਅਸੀਂ ਬਹੁਤ ਜ਼ਿਆਦਾ ਧੰਨਵਾਦ ਖਾਲਸਾ ਸਾਈਡ ਦਾ ਵੀ ਕਰਦੇ ਹਾਂ ਵੀ ਇਹਨਾਂ ਨੇ ਸਾਡੀ ਜਾਣ ਕੇ ਮਦਦ ਕੀਤੀ ਹੈ ਜ਼ਮੀਨਾਂ ਸਾਡੀਆਂ ਨਾਲ ਬਣਾ ਕੇ ਦਿੱਤੀਆਂ ਮੁੜ ਤੋਂ ਫਿਰ